US ਦੀ ਹਿਸਟਰੀ ਦੇ ਵਿੱਚ ਡੈਡਲੀਐਸਟ ਜਿਹੜੀ ਵਾਈਲਡ ਫਾਇਰ ਹੈ ਹਵਾਈ ਦੀ ਉਸ ਨੂੰ ਅੰਕਿਤ ਕੀਤਾ ਗਿਆ ਹੈ ਕਿ ਵੀ ਇਹ ਹਿਸਟਰੀ ਦੀ ਸਭ ਤੋਂ ਭਿਆਨਕ ਜਿਹੜੀ ਹਿਸਟਰੀ ਦੇ ਵਿੱਚ ਇਹ ਹਵਾਈ ਦੀ ਜਿਹੜੀ ਅੱਗ ਹੈ ਇਹਨੂੰ ਮੰਨਿਆ ਗਿਆ ਔਰ ਇੱਥੇ ਤੱਕ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਨਹੀਂ ਪਤਾ ਲੱਗ ਰਿਹਾ ਸੀ ਜੇ ਕੋਈ ਬੰਦੇ ਆਪਣੀ ਜਾਨ ਬਚਾਉਣ ਨੂੰ ਇੱਧਰ ਉੱਧਰ ਜਾ ਰਹੇ ਆ ਮੋਹਰੇ ਅੱਗ ਦਾ ਬਵੰਡਰ ਹੈ ਔਰ ਸੜਕ ਦੇ ਵਿੱਚ ਹੀ ਲੰਘਣਾ ਹੈ ਈਵਨ ਮੈਂ ਜਦ ਪੜ੍ਹ ਰਿਹਾ ਸੀ ਖਬਰ ਤਾਂ ਦੱਸਿਆ ਜਾ ਰਿਹਾ ਕਿ ਇੱਕ ਪਰਿਵਾਰ ਜੋ ਕਿ ਕਾਰ ਦੇ ਵਿੱਚ ਜਾ ਰਿਹਾ ਸੀਗਾ ਉਸਦੇ ਸ਼ੀਸ਼ੇ ਕਾਰ ਦੇ ਇੰਨੇ ਗਰਮ ਹੋ ਗਏ ਕਿ ਉਹਨਾਂ ਨੂੰ ਟੱਚ ਨਹੀਂ ਕੀਤਾ ਜਾ ਸਕਦਾ ਜਦੋਂ ਅੱਗ ਦੇ ਬਵੰਡਰ ਵਿੱਚ ਹੀ ਲੰਘੇ ਦੂਸਰੇ ਪਾਸੇ ਸੜਕ ਦੇ ਜਾਣ ਵਾਸਤੇ ਜਾਨ ਬਚਾਉਣ ਵਾਸਤੇ ਔਰ ਕੁਝ ਨੇ ਤਾਂ ਆਪਣੀ ਜਾਨ ਬੀਚ ਦੇ ਪਾਣੀ ਦੇ ਵਿੱਚ ਖੜ ਕੇ ਬਚਾਈ ਉਹਨਾਂ ਦੇ ਸਾਹਮਣੇ ਸਾਰਾ ਕੁਝ ਜਲ ਰਿਹਾ ਸੀਗਾ ਸੋ ਇਸ ਤਰ੍ਹਾਂ ਦੀਆਂ ਪਿਕਚਰਸ ਜਿਹੜੀਆਂ ਆਮ ਸੋਸ਼ਲ ਮੀਡੀਆ 'ਤੇ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਕਿ ਕਿਸ ਤਰ੍ਹਾਂ ਸਾਰਾ ਜਿਹੜਾ ਆਈਲੈਂਡ ਹੈ ਉਹ ਤਬਾਹ ਹੋ ਗਿਆ